ਜੁਨਾਈਟਰ ਨਿਊ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੀਆਂ ਕੈਨੇਡਾ ਤੋਂ ਇੱਕ ਬੇहद ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੈਨੇਡਾ ਦੇ ਵਿੱਚ ਇੱਕ ਹਸਪਤਾਲ ਦੇ ਵਿੱਚ ਦਾਖਲ ਬਜ਼ੁਰਗ ਸਿੱਖ ਦੀ ਦਾੜੀ ਉਸ ਦੀ ਬਿਨਾਂ ਮਰਜ਼ੀ ਤੋਂ ਹੀ ਸ਼ੇਵ ਕਰ ਦਿੱਤੀ ਗਈ ਹੈ ਜੀ ਹਾਂ ਬੇहद ਚਿੰਤਾਜਨਕ ਮਾਮਲਾ ਹੈ ਕੈਨੇਡਾ ਤੋਂ ਨਿਕਲ ਕੇ ਆਇਆ ਹੈ ਜਿਸ ਦੇ ਖਿਲਾਫ ਹੁਣ World Sikh Organization ਨੇ ਜਿਹੜਾ ਸਟੈਪ ਲਿਆ ਹੈ ਤੇ ਉਹਨਾਂ ਨੇ ਦਾਵਾ ਕੀਤਾ ਹੈ ਕਿ ਬ੍ਰੈਂਮਟਨ ਦੇ ਇੱਕ ਹਸਪਤਲ ਦੇ ਵਿੱਚ ਇਲਾਜ ਦੇ ਦੌਰਾਨ 85 ਸਾਲਾ ਜੁਗਿੰਦਰ ਸਿੰਘ ਕਲੀਅਰ ਜਿਨ੍ਹਾਂ ਦੀ ਤਸਵੀਰ ਤੁਸੀਂ ਆਪਣੀ ਵੀਡੀਓ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਹੀ ਸ਼ੇਵ ਕਰ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਵੀ ਗਿਆ ਕਿ ਉਹ ਆਪਣੀ ਦਾੜੀ ਜਿਹੜੀ ਉਹ ਸ਼ੇਵ ਨਹੀਂ ਕਰਾਉਣਗੇ ਕਿਉਂਕਿ ਉਹ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਹਨ ਸੋ ਇਸ ਤੋਂ ਬਾਅਦ ਵੀ ਜਿਹੜੇ ਉੱਥੋਂ ਦੇ ਗੋਰੀ-ਗੂਰੀਆਂ ਦਾ ਸਟਾਫ ਸੀ ਉਹਨਾਂ ਦੇ ਵੱਲੋਂ ਤੱਕੇ ਦੇ ਨਾਲ ਉਹਨਾਂ ਦੀ ਸ਼ੇਵ ਕਰ ਦਿੱਤੀ ਗਈ ਸੋ ਬਜ਼ੁਰਗ ਕਾਫੀ ਜ਼ਿਆਦਾ ਬਜ਼ੁਰਗ ਸਨ ਸੋ ਉਹਨਾਂ ਦੇ ਵੱਲੋਂ ਰੋਕ ਵੀ ਨਹੀਂ ਸਕੇ ਉਹਨਾਂ ਨੂੰ ਤੇ ਉਹਨਾਂ ਦੇ ਵੱਲੋਂ ਤੱਕੇ ਦੇ ਨਾਲ ਹੀ ਬਜ਼ੁਰਗ ਦੀ ਜਿਹੜੀ ਆ ਉਹ ਦਾੜੀ ਸ਼ੇਵ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਇਹ ਤਸਵੀਰ ਜਿਹੜੀ ਪਰਿਵਾਰ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕਰਕੇ ਅਨਸਾਫ਼ ਦੀ ਮੰਗ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਹਸਪਤਾਲ ਨੂੰ ਵੀ ਮਾਫੀ ਮੰਗਣ ਦੇ ਲਈ ਕਿਹਾ ਹੈ ਪਰ ਹਸਪਤਾਲ ਨੇ ਜਿਹੜਾ ਮਾਫੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਬਜ਼ੁਰਗ ਜਿਹੜਾ ਪੌੜੀਆਂ ਤੋਂ ਕੁਝ ਸਮਾਂ ਪਹਿਲਾਂ ਡਿੱਗ ਗਿਆ ਸੀ ਜਿਸ ਦੇ ਕਾਰਨ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਇਸ ਦੇ ਜਵਾੜੇ ਦੇ ਵਿੱਚ ਵੀ ਸੱਟ ਲੱਗੀ ਸੀ ਤੇ ਬਾਹਾਂ ਦੇ ਉੱਤੇ ਵੀ ਸੱਟ ਲੱਗੀ ਸੀ ਜਿਸ ਤੋਂ ਬਾਅਦ ਹਸਪਤਾਲ ਦਾ ਕਹਿਣਾ ਹੈ ਕਿ ਆਡੇ ਵੱਲੋਂ ਤਾਂ ਹੀ ਇਸ ਬਜ਼ੁਰਗ ਦੀ ਜਿਹੜੀ ਆ ਉਹ ਸ਼ੇਵ ਕੀਤੀ ਗਈ ਹੈ